ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਆਰਮੀ ਪਬਲਿਕ ਸਕੂਲ ਦੇ ਵਿੱਚ ਭਰਤੀਆਂ ਜੋ ਹੈ ਕੱਢੀਆਂ ਜਾ ਰਹੀਆਂ ਨੇ ਜਿੱਥੇ ਵੀ ਕਿਸੇ ਵੀ ਸਿਟੀ ਦੇ ਵਿੱਚ ਜੋ ਆਰਮੀ ਪਬਲਿਕ ਸਕੂਲ ਨੇ ਆਪਣੀ ਰਿਕੁਆਇਰਮੈਂਟ ਦੇ ਆਧਾਰ ਦੇ ਉੱਤੇ ਜੋ ਹੈ ਭਰਤੀਆਂ ਕੱਢ ਰਹੇ ਨੇ ਅੱਜ ਇੱਕ ਹੋਰ ਨਵੀਂ ਭਰਤੀ ਆਈ ਹੈ ਜੋ ਕਿ ਆਰਮੀ ਪਬਲਿਕ ਸਕੂਲ ਦੇ ਵਿੱਚ ਭਰਤੀ ਹੈ ਰੈਗੂਲਰ ਭਰਤੀ ਹੈ ਇੰਟਰਵਿਊ ਹੋਵੇਗੀ ਇਸ ਵਿੱਚ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਕਿਹੜੀ ਕਿਹੜੀ ਪੋਸਟ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ ਕੌਣ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਗਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਬਟਨ ਨੂੰ ਵੀ ਦਬਾ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਅਸਾਮੀ ਸੰਬੰਧੀ ਜਾਣਕਾਰੀ ਪੇਪਰ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਜੀ ਟੈਲੀਗ੍ਰਾਮ ਚੈਨਲ ਵੀ ਹੈ ਜਿਸਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ ਕਿਉਂਕਿ ਅਸੀਂ ਟੈਲੀਗ੍ਰਾਮ ਚੈਨਲ ਦੇ ਵਿੱਚ ਹਰ ਇੱਕ ਵੀਡੀਓ ਦਾ ਲਿੰਕ ਕੋਈ ਰਿਜ਼ਲਟ ਆਉਂਦਾ ਪੰਜਾਬ ਦੇ ਵਿੱਚ ਉਸਦੀ ਪੀਡੀਐਫ ਫਾਈਲ ਜਾਂ ਕੋਈ ਨੋਟੀਫਿਕੇਸ਼ਨ ਹੁੰਦਾ ਹੈ ਉਸਦੀ ਪੀਡੀਐਫ ਫਾਈਲ ਉੱਥੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹਾਂਜੀ ਦੋਸਤੋ ਜੋ ਪੋਸਟਾਂ ਆਈਆਂ ਨੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੋ ਸੈਲਰੀ ਹੋਵੇਗੀ ਟਰਮ ਐਂਡ ਕੰਡੀਸ਼ਨ ਹੋਣਗੀਆਂ ਜੋ ਏਡਬਲਯੂਈਐਸ ਦੇ ਰੂਲਸ ਦੇ ਅਕੋਰਡਿੰਗ ਹੋਵੇ ਹੋਣਗੀਆਂ ਐਪਲੀਕੇਸ਼ਨ ਪਰਫਾਰਮੈਂਸ ਦੀ ਜ਼ਰੂਰਤ ਹੋਵੇਗੀ ਭਰਨ ਦੇ ਲਈ ਤੁਸੀਂ ਐਪਲੀਕੇਸ਼ਨ ਜੋ ਪਰਫਾਰਮਾ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਡਾਊਨਲੋਡ ਕਰ ਸਕਦੇ ਹੋ ਇਹ ਮੈਂਸ਼ਨ ਕੀਤੀ ਗਈ ਹੈ ਐਪਲੀਕੇਸ਼ਨਾਂ ਤੁਸੀਂ ਸਬਮਿਟ ਕਰਨੀਆਂ ਨੇ ਜੀ ਆਪਣੀ ਐਪਲੀਕੇਸ਼ਨਾਂ ਪੂਰੀ ਭਰ ਕੇ ਪਰਫਾਰਮਾ ਭਰ ਕੇ ਤੇ ਆਪਣੇ ਜੋ ਦਸਤਾਵੇਜ਼ ਨੇ ਉਹ ਅਟੈਸਟਡ ਕਰਕੇ ਜੀ ਇਹਨਾਂ ਨੂੰ ਦਿੱਤੇ ਹੋਏ ਪਤੇ ਦੇ ਉੱਤੇ ਭੇਜਨੇ ਨੇ ਜਾਂ ਤਾਂ ਤੁਸੀਂ ਬਾਈ ਹੈਂਡ ਫੜਾ ਸਕਦੇ ਹੋ ਜਾਂ ਤੁਸੀਂ ਡਾਕ ਰਾਹੀਂ ਤੁਸੀਂ ਪਹੁੰਚਾ ਸਕਦੇ ਹੋ ਪਰ ਇੱਕ ਗੱਲ ਯਾਦ ਰੱਖਿਓਗੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਡਰਾਫਟ ਵੀ ਕਟਾਉਣਾ ਹੈ ਜੋ ਕਿ 200 ਰੁਪਏ ਦਾ ਤੁਸੀਂ ਡਰਾਫਟ ਕਟਾਉਣਾ ਹੈ ਜੋ ਕਿ ਫੇਵਰ ਹੋਣਾ ਚਾਹੀਦਾ ਹੈ ਆਰਮੀ ਪਬਲਿਕ ਸਕੂਲ ਜੋ ਟਿਬਰੀ ਪੇਅਬਲ ਐਟ ਟਿਬਰੀ ਗੁਰਦਾਸਪੁਰ ਵਿਖੇ ਪੇਅਬਲ ਹੋਵੇ ਐਪਲੀਕੇਸ਼ਨਾਂ ਦੀ ਜੋ ਮਿਤੀ ਹੈ ਲਾਸਟ ਮਿਤੀ ਰੱਖੀ ਗਈ ਹੈ ਭੇਜਣ ਦੀ 11 ਮਾਰਚ 2022 ਤੱਕ ਤੁਸੀਂ ਆਪਣੀ ਐਪਲੀਕੇਸ਼ਨ ਆ ਭੇਜ ਸਕਦੇ ਹੋ ਅਗਰ ਤੁਸੀਂ ਸਿੱਧਾ ਈਮੇਲ ਕਰ ਰਹੇ ਹੋ ਤਾਂ ਕੋਈ ਵੀ ਐਪਲੀਕੇਸ਼ਨ ਈਮੇਲ ਰਾਹੀਂ ਅਸੈਪਟਡ ਨਹੀਂ ਕੀਤੀ ਜਾਵੇਗੀ ਇੰਟਰਵਿਊ ਤੋਂ ਪਹਿਲਾਂ ਜੀ ਤੁਹਾਡਾ ਇੱਕ ਟੈਸਟ ਲਿਆ ਜਾਵੇਗਾ ਜੀ ਕੰਪਿਊਟਰ ਪ੍ਰੋਫੀਸੀਐਂਸੀ ਟੈਸਟ ਰਿਟਨ ਤੇ ਪ੍ਰੈਕਟੀਕਲ ਹੋਵੇਗਾ ਇੰਟਰਵਿਊ ਤੋਂ ਪਹਿਲਾਂ ਇਹ ਵੀ ਆਪਣੀ ਤਿਆਰੀ ਤੁਸੀਂ ਕਰ ਲੈਣੀ ਬੋਰਡ ਆਫ ਅਫੀਸਰਜ਼ ਦੇ ਵੱਲੋਂ ਇਹ ਟੈਸਟ ਲਿਆ ਜਾਵੇਗਾ ਹੁਣ ਤੁਹਾਨੂੰ ਦੱਸ ਦਈਏ ਕਿ ਇੰਟਰਵਿਊ ਦਾ ਸਥਾਨ ਕੀ ਹੈ ਜੀ ਏਪੀਐਸ ਟੇਬ੍ਰੀਜ ਜੋ ਹੈ ਇੰਟਰਵਿਊ ਦਾ ਸਥਾਨ ਹੈ ਜੋ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੈ ਇੰਟਰਵਿਊ ਡੇਟ ਹੈ ਜੋ ਤੁਹਾਨੂੰ ਟੈਲੀਫੋਨਿਕਲੀ ਤੁਹਾਨੂੰ ਸ਼ਾਰਟਲਿਸਟ ਕੈਂਡੀਡੇਟ ਦੀ ਜੋ ਹੈ ਡੇਟ ਇੰਟਰਵਿਊ ਡੇਟ ਅਨਾਉਂਸ ਕਰ ਦਿੱਤੀ ਜਾਵੇਗੀ ਟੈਲੀਫੋਨ ਦੇ ਰਾਹੀਂ ਦੱਸ ਦਿੱਤਾ ਜਾਵੇਗਾ ਤੁਹਾਨੂੰ ਈਮੇਲ ਰਾਹੀਂ ਦੱਸ ਦਿੱਤਾ ਜਾਵੇਗਾ ਹੁਣ ਤੁਹਾਨੂੰ ਦੱਸਦੀ ਪੋਸਟ ਕਿਹੜੀ ਹੈ ਜੀ ਰੈਗੂਲਰ ਪੋਸਟ ਹੈ ਜੀ 22 ਪ੍ਰਿੰਸੀਪਲ ਦੀ ਪੋਸਟ ਹੈ ਇਸ ਦੇ ਲਈ ਤੁਹਾਡੇ ਨੂੰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਜੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਵੀ ਐਡ ਦੇ ਨਾਲ ਹੋਣੀ ਚਾਹੀਦੀ ਹੈ ਜੀ PGT ਦੇ ਵਿੱਚ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਇਨ ਦਾ ਲਾਸਟ 9 ইয়ারਜ਼ ਜਾਂ 6 ਸਾਲ ਦਾ ਪੜਾਉਣ ਦਾ ਤਜਰਬਾ ਹੋਣਾ ਚਾਹੀਦਾ ਕਿਸੇ ਵੀ ਮਾਨਤਾ ਪ੍ਰਾਪਤ ਹਾਈ ਸਕੂਲ ਦੇ ਵਿੱਚ ਟੋਟਲ ਟੀਚਿੰਗ ਐਕਸਪੀਰੀਅੰਸ 9 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਘੱਟੋ ਘੱਟ ਏਜ ਦੀ ਗੱਲ ਕਰੀਏ 35 ਸਾਲ ਅਤੇ ਵੱਧ ਤੋਂ ਵੱਧ ਏਜ 50 ਸਾਲ ਦੀ ਹੋਵੇ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਐਕਸਸ ਸਰਵਿਸਮੈਨ ਦੇ ਲਈ ਮੈਕਸਿਮਮ ਏਜ ਦੀ ਗੱਲ ਕਰੀਏ ਤਾਂ 58 ਸਾਲ ਰੱਖੀ ਗਈ ਹੈ ਜੀ ਕੰਪਿਊਟਰ ਦੀ ਜਾਣਕਾਰੀ ਮਸਟ ਹੈ ਜੀ ਕੰਪਿਊਟਰ ਦੀ ਜਾਣਕਾਰੀ ਤੁਹਾਨੂੰ ਆਉਣੀ ਜ਼ਰੂਰੀ ਹੈ ਤੇ ਆਰਮੀ ਪਬਲਿਕ ਸਕੂਲ ਵੱਲੋਂ ਜੋ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਗੁਰਦਾਸਪੁਰ ਵੱਲੋਂ ਮਿਲਟਰੀ ਸਟੇਸ਼ਨ ਵੱਲੋਂ ਇਹਨਾਂ ਨੇ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ ਹੈ ਜੋ ਕਿ ਹੈ 8427093357 ਇਹਨਾਂ ਦੇ ਮੋਬਾਈਲ ਨੰਬਰ ਉੱਤੇ ਤੁਸੀਂ ਭਰਨ ਤੋਂ ਪਹਿਲਾਂ ਇਹ ਸਾਮੀ ਸੰਪਰਕ ਜ਼ਰੂਰ ਕਰ ਲੈਣਾ ਜੀ ਇਸ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਹਾਸਲ ਕਰ ਲੈਣਾ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਹੁਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਆਂ ਪੋਸਟਾਂ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਰ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ